ਥੋੜੇ ਜੇ ਦੇਖਣ ਵਾਲੇ ਨੂੰ ਮਾੜੀ ਰਿਕੁਐਸਟ ਕਰਦੀ ਹੈ ਵੀ ਇਹ ਬੱਚੀਆਂ ਕੋਈ ਵੀ ਸੇਲ ਨਹੀਂ ਹੈਗੀਆਂ। ਮੈਂ ਵੈਸੇ ਹੀ ਦਿਖਾ ਰਿਹਾ ਵਾਂ ਵੀ ਕਿੱਦਾਂ ਫਾਰਮਾ ਡਾਕਟਰ ਦਾ, ਕੋਈ ਖਾਸ ਨਹੀਂ ਆਪਾਂ ਦਿਖਾ ਰਹੇ, ਵੈਸੇ ਨਾਰਮਲ ਗੱਲਾਂ ਬਾਤਾਂ ਕਰ ਰਹੇ ਆ। ਵੀ ਬੇਚਣਾ ਕਿਵੇਂ ਆ ਪ੍ਰੋਸੈਸ ਇਹਦਾ? ਨਹੀਂ ਕੁਝ ਨਹੀਂ ਵੇਚਦਾ। ਨਹੀਂ ਮੈਂ ਕਿਹਾ ਤੇਰਾ ਕੰਮ ਸਾਰਾ ਕਮਾਊ ਜੀ ਵਾਲਾ ਰੱਖਿਆ ਹੋਇਆ, ਜਿੰਨਾ ਵੀ ਸਮਾਨ ਆ ਇੱਥੇ ਪੈਸੇ ਕਮਾਉਣ ਵਾਲੇ ਹੀ ਆ ਸਾਰਾ। ਮਤਲਬ ਡਾਕਟਰ ਕਿੰਨਾ ਟਾਈਮ ਹੋ ਗਿਆ ਤੇਰਾ ਫਾਰਮ ਚੱਲਦੇ ਨੂੰ? ਕਿੰਨਾ ਟਾਈਮ ਹੋ ਗਿਆ ਫਾਰਮ ਚੱਲਦੇ ਨੂੰ? 2011 ਦਾ ਚੱਲਦਾ ਵੀਰੇ ਆਪਣਾ, ਜਾਨੀ ਫਿਰ ਆਪਾਂ ਇਕੱਠੇ ਹੀ ਚਲਾਇਆ ਉਦੋਂ। ਹਾਂ 2011 ਦਾ ਚੱਲਦਾ, ਫਿਰ ਵੀ ਉੱਥੇ ਹੀ ਗੱਲ ਆ ਕੇ ਮੁੱਕਦੀ ਆ। ਅਗਲਾ ਕਹੂਗਾ ਭਾਈ 2000 ਉਹ ਦੇਖੇ ਡੈਗ ਵੀ ਉਧਰ, ਉਹਨੇ ਐਂ ਕਹਿਣਾ ਵੀ ਮੈਨੂੰ ਲੈ ਕੇ ਚੱਲੋ ਨਾਲ। ਕਿਹੜਾ ਫੜੇਗਾ, ਕੋਈ ਵੀ ਨਹੀਂ ਫੜਾ ਹੋਇਆ ਦਿੱਤਾ ਤਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਫਿਰ। ਅਤੇ ਆ ਗਏ ਹਾਂ ਡਾਕਟਰ ਕੋਲ, ਐਪੀ ਵਾਲੇ ਕੋਲ, ਅਰਮਨ ਕੋਲ, ਅਤੇ ਪੂਰਾ ਆਹ ਪਿਓਰ ਜੱਟ ਬਣਿਆ ਫਿਰਦਾ ਪੂਰਾ। ਅਤੇ ਬਾਕੀ ਦਿਖਾਉਂਦੇ ਇਹਦਾ ਫਾਰਮ, ਅਤੇ ਪਹਿਲਾਂ ਪਰਮਿਸ਼ਨ ਲੈਣੀ ਪੈਣੀ ਆ। ਅਤੇ ਕਿਵੇਂ ਫਾਰਮ ਦਿਖਾ ਦਈਏ ਤੇਰਾ ਕਿ ਨਹੀਂ ਫਿਰ? ਮੈਂ ਕਿਹਾ ਕਈ ਵਾਰੀ ਹੁੰਦੇ ਨਾ ਵੀ ਹੈ, ਨਹੀਂ ਵੀਰੇ ਪਰਮਿਸ਼ਨ ਜ਼ਰੂਰੀ ਆ। ਕੋਈ ਝੂਠ ਤੂਫਾਨ ਨਹੀਂ ਦੱਸਣਾ, ਜਿਹੜੀ ਗੱਲ ਆ ਜਿਹੜੀ ਉਦੋਂ ਇੰਚ ਘੱਟ ਹੋਵੇ, ਜਿਹੜੀ 2 ਇੰਚ ਵੱਧ ਨਾ ਹੋਵੇ। ਅੱਛਾ ਘੱਟ ਹੋਵੇ? ਹਾਂ ਮਤਲਬ ਘੱਟ ਦਾ, ਜੇ ਵੱਧ ਜਾਵੇ ਆਪਣੇ ਦੇਖ ਕੇ ਕੋਈ ਬੰਦਾ ਕੋਈ ਗਾਹ ਖੁਸ਼ ਹੋ ਜਾਂਦਾ। ਜੇ ਆਪਾਂ ਦੱਸੀਏ ਬਾਹਲਾ ਤੇ ਹੋਵੇ ਕੁਛ ਨਾ ਆਪਣੇ, ਵੀ ਖੰਡ ਵਾਲਾ ਭਾਂਡਾ ਖਾਲੀ ਹੋਵੇ ਆਪਣਾ, ਤੇ ਕਹਿ ਦਈਏ ਇਹ ਤਾਂ ਡੁੱਲਦੀ ਹੈ ਸਾਡੇ ਤਾਂ ਉੱਪਰ ਦੀ। ਹੋਰ ਫਿਰ ਇਹਨੂੰ ਕਿੱਧਰ ਕੱਢੀ ਫਿਰਦਾ? ਬਿਜਲੀ ਡਿੱਗ ਪਈ ਸੀ, ਹੋ ਗਿਆ ਖਰਾਬ, ਸਾਰਾ ਹੋ ਗਿਆ, ਮੋਟਰ ਸੜ ਗਈ ਉਧਰੋਂ। ਅੱਛਾ, ਤੇ ਮੋਟਰ ਸੜ ਗਈ ਸੀਗੀ ਨਾਲ, ਤੇ ਟ੍ਰਾਂਸਫਾਰਮ ਚਲੋ ਜਿਹੜਾ ਇਲੈਕਟ੍ਰੀਸ਼ੀਅਨ ਸੀਗਾ ਉਹ ਕਹਿੰਦਾ ਖਰਾਬ ਆ ਮੋਟਰ ਬੰਨ, ਮੋਟਰ ਤੋਂ ਬਾਅਦ ਹੁਣ ਕਹਿੰਦੇ ਟ੍ਰਾਂਸਫਾਰਮ ਖਰਾਬ ਆ, ਟ੍ਰਾਂਸਫਾਰਮ ਮੱਚਿਆ ਮਾਰਦਾ ਐਂ ਕਰਦਾ ਜਿਉਂ ਕਰਦਾ। ਅੱਛਾ, ਟ੍ਰਾਂਸਫਾਰਮ ਲਾਇਆ ਉੱਥੋਂ ਤਾਂ ਚੱਲ ਦਵਾਤਾ ਉਹਨਾਂ ਨੇ ਕਰਤਾ, ਕਹਿੰਦੇ ਜੀ ਖਰਚਾ ਪਾਣੀ ਲੱਗੂਗਾ ਵੀ ਧਰ ਦਿੰਦੇ ਹਾਂ ਕੋਈ ਗੱਲ ਨੀ। ਕਿੰਨਾ ਹੁਣ ਇਹ ਤਾਂ ਵੀਰੇ ਹੁਣ ਧਰੇ ਤੋਂ ਪਤਾ ਲੱਗਣਾ ਵੀ ਕਿੰਨਾ ਖਰਚਾ ਪਾਣੀ ਹੁੰਦਾ ਵਾ, ਖਰਚਾ ਪਾਣੀ ਥੋੜੇ ਚ ਵੀ ਸਰ ਜਾਂਦਾ, ਹੁਣ ਵਾਧੇ ਚ ਵੀ ਇਹਦਾ ਜਈ ਤੇ ਡਿਪੈਂਡ ਆ। ਨੀਂਦ ਵਧੀਆ ਹੁੰਦੀ ਹੈ ਜਿੱਦਣ ਦਾ ਲਿਆ, ਨੀਂਦ ਤਾਂ ਆਉਣੀ ਨੀ ਕਿਉਂਕਿ ਕਿਸ਼ਤ ਆ ਜਾਂਦੀ ਹੈ ਨਾ। ਚੱਲ ਕੋਈ ਗੱਲ ਨੀ, ਮੈਨੂੰ ਤਾਂ ਲੱਗਦਾ ਮੈਂ ਦੇਖ ਨੀ ਵੀ ਐਂ ਸੜਕ ਕਰਕੇ ਵੀ ਥੋੜਾ ਕੱਢ ਕੇ ਖੜਾ ਦਿੰਦੇ ਆ ਸਾਰੇ ਵੀ ਦਸਦਾ ਰਵੇ ਰੋਡ ਤੋਂ। ਵੀਡੀਓ ਕੈਮਰਾ ਦੇਖ ਕੇ ਤੂੰ ਕੱਪੜੇ ਕੁਪੜੇ ਹੋਰ ਪਾਇਆ? ਨਹੀਂ ਆਇਆ ਸੀਗਾ ਕੰਮ ਤੋਂ ਰਾਹੂ ਵਾਲੇ ਫਾਰਮ ਤੇ, ਉਹ ਫਿਰ ਆਇਆ ਸੀ ਮੈਂ ਘਰੇ ਇੱਕ ਗਾਂ ਦੇ ਆਈ ਕਰਨ ਵਾਲੀ ਸੀ ਉਹਦੇ ਉਤਰਿਆ ਥੱਲੇ, ਫਿਰ ਮੈਂ ਹੋਰ ਵੀ ਹਰਜਿੰਦਰ ਬਾਈ ਕਿਵੇਂ? ਠੀਕ ਆ, ਇਹਨੂੰ ਤਾਂ ਮਿਲ ਲਈਦਾ ਸਾਹਿਬ ਨੂੰ, ਤੈਨੂੰ ਕਿਤੇ ਕਿਤੇ ਮਿਲਿਆ ਮੈਂਬਰ ਸਾਹਿਬ? ਫਿੱਟ ਹੋਈ ਜਾਂਦਾ ਨਹੀਂ ਫਿੱਟ ਤਾਂ ਕਿਤੇ ਕਿਵੇਂ? ਫਾਰਮ ਫਾਰਮ ਬਸ ਠੀਕ ਆ, ਵਧੀਆ ਜੀ, ਗੁੱਡ ਚੱਲਦਾ ਪੂਰਾ? ਬਸ ਠੀਕ ਆ, ਗੁੱਡ ਤਾਂ ਉਹਨੂੰ ਕਹਿ ਸਕਦਾ ਵੀਰੇ ਜਿੱਥੇ ਕਹਿੰਦੇ ਅੱਧਾ ਕਿੱਲਾ ਕਿੱਲਾ ਬੈ ਲਿਆ ਹੋਵੇ ਸਾਲ ਬਾਅਦ ਜੇ ਹੁਣ ਉਹਦੇ ਕਹਿਣ ਨੂੰ ਲਿਖਾਉਣੀ 5 ਲੀਟਰ ਦੀ ਬੀਪੀ ਆ, 100 ml ਦੇ ਜਾਣੀ ਆ, ਦੱਸ ਉਹਨਾਂ ਨੇ 100 ml ਹੁਣ ਨੰਗਾ ਨਾ ਲੈਣ ਵਾਲਾ ਨਹੀਂ, ਕਹਿੰਦਾ ਗੰਜਾ ਕੀ ਨਾਉ ਤੇ ਕੀ ਨਚੋੜੂ ਉਹ ਕੰਮ ਆ। ਵੀਰੇ ਦੇ ਪ੍ਰੋਡਕਟ ਹੀ ਦਬਾਤਾ ਉਹਦਾ, ਫੇਰ ਥੋੜੀ 100 ml ਦੋਗੇ, ਤਾਂ ਹੁਣ ਝੂਠ ਬੋਲਣਾ ਤੂੰ ਬੋਲੀ ਚੱਲ ਕੈਮਰੇ। ਨਹੀਂ ਉਹ ਕਹਿੰਦਾ ਕੈਮਰੇ ਤੇ ਨਹੀਂ ਹਕੀਕਤ ਆ ਇਹ, ਨਹੀਂ ਹਰਜਿੰਦਰ ਹਕੀਕਤ ਆ ਹਰਜਿੰਦਰ ਨੂੰ ਇਹ ਕਹਿੰਦਾ ਮੈਨੂੰ ਵੀ ਪੂਰੀ ਜੀ ਕਹਿ ਗਿਆ ਵੀ ਮੇਰੇ ਨਾਲ ਫੈਕਚਰ ਨਹੀਂ, ਇਹਨੂੰ ਤਾਂ ਵਿਚਾਰੇ ਨੇ ਇੱਕ ਵਾਰੀ ਪਾਈ ਸੀ ਉਹ ਦੁਬਾਰਾ ਨਹੀਂ ਪਾਈ, ਇਹ ਨਹੀਂ ਪਾਉਣਾ ਹੈਗਾ। ਇਹ ਫਿਰ ਬਿਗ ਫਾਰਮਰ ਆ ਨਾ ਆਪਾਂ, ਸਮਾਲ ਫਾਰਮਰ ਆ। ਗੱਡੀ ਮਿਲੀ ਨਹੀਂ? ਕਿੰਨੇ ਕਾ ਜਾਨਵਰ ਫਿਰ ਹੁਣ? ਉਹ ਤਾਂ ਮਿਲ ਜਾਣਾ ਜਾਨਵਰ, ਹੁਣ ਆਪਣੇ ਕੋਲੇ ਵੀਰ ਤਕਰੀਬਨ ਹੈਗਾ 22 ਜਾਨਵਰ ਸਾਰੇ ਛੋਟੇ ਵੱਡੇ, ਤਾਂ ਪਤਾ ਆਨੰਦ ਲੈ ਰਿਹਾ ਫਿਰ ਪੂਰਾ। ਹਾਂ ਬਸ ਐਨੀ ਉਹਦੇ ਕਹਿਣਾ ਠੀਕ ਆ। ਉਹ ਕੀ ਕਰਦਾ, ਕਿਹੜਾ ਜਾਨਵਰ ਆ? ਖੜਵਾ ਖੜਵਾ ਕਰੀ ਜਾਂਦਾ, ਉਹ ਖੇਡਦਾ ਵਾ ਵੀਰਾਂ ਨੂੰ ਖਾ ਪਾ ਦੇ, ਉਹ ਉਹ ਯਾਦ ਕਰਾਉਂਦਾ ਵੀਰੇ ਟਾਈਮ ਹੋ ਗਿਆ, ਕਹਿੰਦਾ ਖੜ ਟਾਈਮ ਨਹੀਂ ਹੋਇਆ। ਉਹ ਉਹਦੇ ਉਹ ਐਕਟ ਪੂਰਾ ਨੇ ਰਾਖੀ ਵੀ ਆ ਦੇ, ਆਲੇ ਉਹ ਅਸੀਂ ਕਿਵੇਂ ਆ ਗਏ ਬਈ ਨਾ, ਉਹ ਤਾਂ ਗਿਫਟ ਆ ਕੇ ਲੈ ਕੇ ਆਇਆ ਵਾ ਭਾਈ ਭਾਜੂ, ਗਿਫਟ ਆ ਕੇ ਲੈ ਕੇ ਆਇਆ ਨਹੀਂ ਮੁੱਲ ਦੇ ਆਏ ਕਮੇ ਨਾ ਨਾ ਉਹ ਨਾ ਨਾ ਲੈ ਜੀ
ਮੈਂ ਠੀਕ ਆ ਬਸ ਉਹਦੇ ਕਿਹਨੂੰ ਸ਼ੌਂਕ ਜੇ ਉਹਨੂੰ ਰੱਖ ਲਿਆ ਵਧੀਆ ਕਹਿੰਦਾ ਵਾ ਤੈਨੂੰ ਇਹ ਮੈਨੂੰ ਨੀ ਕਹਿੰਦਾ ਤੁਹਾਨੂੰ ਕਹਿੰਦਾ ਵਾ ਵੀ ਤੁਸੀਂ ਆਏ ਕਿਵੇਂ ਹੋ ਇਹ ਕੰਮ ਆ ਕੋਈ ਮੇਰੇ ਰੋਟੀਆਂ ਖਾਣ ਆਏ ਮੂਲੀ ਵਾਲੀਆਂ ਸੀ दारू दी महल च जाके दारू दा पुछना अच्छा रोटियां दे आटे दे बोरियां बैठे बैठा जाओ ਇਹ ਫਿਰ ਚੱਲਦਾ ਹੁਣ ਰਾਈਕਾ ਫਿਰ ਹਾਂ ਇਹ ਪੱਠੇ ਵੀ ਇਹ ਰਾਈਕਾ ਸਰੋਂ ਵਿੱਚ ਸਾਰਾ ਮਿਕਸ ਜਾ ਹੜੋ ਬੁਲੋ ਜੀ ਭੀੜ ਬੇਰਕਾ ਦੀ ਆ ਕਿਵੇਂ ਰਿਜ਼ਲਟ ਇਹਦਾ ਬੇਰਕਾ ਦੀ ਚੱਲਦੀ ਆ ਆ ਜਾ ਉਰੇ ਆ ਕੇ ਦੱਸ ਬੇਰਕਾ ਦੀ ਚੱਲਦੀ ਆ ਆਪਣੇ ਸੁਪਰ ਪਾਵਰ ਜਿਹੜੀਆਂ ਘੱਟ ਵੱਧ ਵਾਲੀਆਂ ਹਾਂ ਮਾਨਾ ਘੱਟ ਵੱਧ ਵਾਲੀਆਂ ਅੱਛਾ ਸੱਚੀ ਚੱਲਦੀ ਆ ਫਾਰਮੂਲੇਸ਼ਨ ਨਾਲ ਇਹ ਗੋਲਡ ਪਲੱਸ ਆ ਬੇਰਕਾ ਦੀ ਇਹ ਅੱਡਾ ਕਿਵੇਂ ਠੀਕ ਆ ਰਿਜ਼ਲਟ ਇਹਦਾ चाहे मिट्टी पा लो जिदन पशु बिमार नहीं होंगे दुध वधिया दिंदे पेमेंट वधिया आप ही वधिया कारगिल चलदी साल तो उपर ही हो गया तकरीबन हुण तां लगातार मेन देखण तों ही आपां कह दईए बई देखण नूं कहूगा अगला कहूगा डाक्टर आई डाक्टर कोले ब्रीड नहीं आपदे कोले इन्नी उन्नी जिन्ना वी जिन्ने करदा वा जां होर लोकां दे ब्रीड वी ओह मैनूं पता मेरे ग्राउंड ते मैं किवें ब्रीड क्यों नहीं कर रहा ਉਹ ਮਤਲਬ ਮਤਲਬ ਉਹ ਵੀ ਮੈਂ ਆਪਦਾ ਖਰਚਾ ਵੀ ਜਾਂ ਜ਼ੀਰੋ ਤੋਂ ਕਰਕੇ ਇੰਨਿਆਂ ਦੇ ਸੈਟੀਸਫੈਕਸ਼ਨ ਮੇਰੀ ਪੂਰੀ ਹੈਗੀ ਆ ਵੀ ਜਦੋਂ ਚਾਹਾਂ ਇਹਨਾਂ ਨੂੰ ਵੇਚ ਸਕਦਾ ਜਦੋਂ ਚਾਹਾਂ ਰੱਖ ਸਕਦਾ ਇਹ ਮੇਰੀ ਹੱਡੀ ਨਹੀਂਗੀ ਵੀ ਮਜਬੂਰੀ ਨਹੀਂ ਮੇਰੀ ਇਹ ਨੂਣ ਆ ਗਿਆ ਆਪਣਾ ਹੈ ਆ ਇਹ ਨੂਣ ਆ ਇਹ ਜ਼ਰੂਰੀ ਆ ਹੁਣ ਤੇਰੇ ਦਾ ਹੁਣ ਉਹ ਜ਼ਰੂਰੀ ਨਹੀਂ ਬਸ ਵਧੀਆ ਚੱਟ ਲੈਂਦੀਆਂ ਵਿਚਾਰੀਆਂ ਆਨੰਦ ਲੈ ਲੈਂਦੀਆਂ ਚੱਟ ਕੇ ਵੀ ਆਪਾਂ ਇਹ ਕਹਿ ਨਹੀਂ ਸਕਦੇ ਕਿ ਵੀ ਭਾਈ ਮੈਂ ਇਹਨਾਂ ਵੇਚੋਂ ਤੋਂ ਬਿਨਾਂ ਮਰ ਜੂੰਗਾ ਜਾਂ ਇਹਨਾਂ ਤੋਂ ਬਿਨਾਂ ਮੇਰਾ ਘਰ ਨਹੀਂ ਚੱਲਣਾ ਗਾ ਅੱਜ ਦੀ ਘੜੀ ਚਾਹੇ ਮੈਂ ਸਾਰੀਆਂ ਵੇਚਦਾ ਬਈ ਉਹ ਨਹੀਂ ਆਪਾਂ ਨੂੰ ਆ ਗਲੀ ਬੜੀ ਵਧੀਆ ਕੱਢੀ ਇਹਨਾਂ ਨੇ ਰੋਣ ਚ ਆ ਦੇਖ ਲੈ ਹਾਂ ਉਹ ਚੱਕਦੀਆਂ ਮੈਂ ਜਿਵੇਂ ਪੈਪ ਲਾ ਕੇ ਕੀਤੀ ਹੁੰਦੀ ਹੈ ਬਜਾਲੇ ਜਿਹੜਾ ਕਿਸੇ ਪਾਸੇ ਹੈਗਾ ਕੋਈ ਵਰਕ ਦੇ ਲੈ ਪੂਰੀ ਗੋਲ ਕੀਤੀ ਹੋਈ ਆ ਪੂਰੀ ਪਾਸੇ ਕਰੇ ਵੀ ਚੱਟ ਕੇ ਕੀਤੀ ਹੈ ਪੂਰੀ ਚੜਦੀਆਂ ਨਾ ਤਾਂ ਕਰਕੇ ਆ ਕਿਹੜੇ ਟੀਕੇ ਦੀ ਆ ਇਹ ਹੈਰ ਸ਼ਹਿਰ ਆ ਵੀਰੇ ਹੈਰ ਸ਼ਹਿਰ ਜਿਹੜਾ ਆਪਣੇ ਜਰਸੀ ਤੋਂ ਲੱਗ ਆ ਜਾਂਦਾ ਐਚਐਫ ਤੋਂ ਲੱਗ ਆ ਜਾਂਦਾ ਇਹ ਉਹ ਸੀ ਮਰੇ ਇਹ ਕਿੰਨੇ ਟਾਈਮ ਦੀਆਂ ਬੱਚੀਆਂ ਹੁਣ ਸਾਰੀਆਂ ਇਹਦੇ ਵਿੱਚ ਇੱਕ ਦੋ ਤਿੰਨ ਆ ਤਿੰਨ ਬੱਚੀਆਂ ਤਾਂ ਆਈਆਂ ਹੋਈਆਂ ਨੇ ਹਾਂ ਪਹਿਲੀ ਗੱਲ ਵੀ ਆ ਥੋੜੇ ਜੇ ਦੇਖਣ ਵਾਲੇ ਨੂੰ ਮਾੜੀ ਰਿਕੁਐਸਟ ਕਰਦੀ ਐ ਵੀ ਇਹ ਬੱਚੀਆਂ ਕੋਈ ਵੀ ਸੇਲ ਨਹੀਂ ਹੈਗੀਆਂ ਮੈਂ ਵੈਸੇ ਦਿਖਾ ਰਿਹਾ ਵਾਂ ਵੀ ਕਿਦਾਂ ਫਾਰਮਾ ਡਾਕਟਰ ਦਾ ਕੋਈ ਖਾਸ ਨਹੀਂ ਆਪਾਂ ਦਿਖਾ ਰਹੇ ਵੈਸੇ ਨਾਰਮਲ ਗੱਲਾਂ ਬਾਤਾਂ ਕਰ ਰਹੇ ਆ ਵੀ ਮਤਲਬ ਕੋਈ ਕਈ ਵਾਰੀ ਕਮੈਂਟ 'ਚ ਵਾਰ ਵਾਰ ਹੁੰਦੇ ਆ ਕਿ ਵੀ ਡਾਕਟਰ ਦਾ ਨੰਬਰ ਦਿਓ ਅਸੀਂ ਬੱਚੀਆਂ ਲੈਣੀਆਂ ਗਾਵਾਂ ਲੈਣੀਆਂ ਵੈਸੇ ਨਾਰਮਲ ਮੈਂ ਗੱਲ ਕਰ ਰਿਹਾ ਵਾਂ ਡਾਕਟਰ ਨਾਲ ਤੇ ਫਿਰ ਉਹ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਜਦੋਂ ਇੱਕ ਹੀ ਚੀਜ਼ ਨੂੰ ਕਮੈਂਟ ਹੋਣ ਲੱਗ ਜਾਣ ਨਾ ਵੀ ਕਿਉਂਕਿ ਆਪਾਂ ਸੇਲ ਲਈ ਨਹੀਂ ਵੀਡੀਓ ਬਣਾਉਂਦੇ ਬਾਕੀ ਚਲੋ ਆਪੋ ਆਪਣੀ ਸੋਚ ਹੁੰਦੀ ਹੈ ਯਾਨੀ ਇਹ ਤਾਂ ਥੋੜਾ ਜਿਹਾ ਪਰਹੇਜ ਰੱਖਣਾ ਵਾ ਸੇਲ ਵਾਲੀ ਗੱਲ ਤੋਂ ਹੁਣ ਦੱਸ ਕਿੰਨੇ ਟਾਈਮ ਦੀਆਂ ਹੋ ਗਈਆਂ ਆਹ ਤਾਂ ਜਿਹੜੀਆਂ ਇੱਕ ਆਹ ਤੇ ਉਹ ਪਿੱਛੇ ਵਾਲੀ ਤੇ ਆਹ ਇਹ ਤਾਂ ਆਪਣੇ ਜਾਨੀ ਕਿ ਰਿਸ਼ਤੇਦਾਰ ਦੋ ਕਹਿੰਦੇ ਛੱਡ ਕੇ ਜਾਣੀਆਂ ਛੱਡ ਕੇ ਫ੍ਰੀ ਜੀ ਲੈ ਗਿਆ ਵੀ ਸਾਹਿਬ ਤੇ ਗਿਫਟ ਹੀ ਆ ਗਿਆ ਇਹ ਤਾਂ ਬਹੁਤ ਵੱਡੀ ਗੱਲ ਹੈ ਇਹੀ ਤਾਂ ਇੱਕ ਗਿਫਟ ਦਾ ਵਾ ਵੀ ਜਿਹੜਾ ਆਪਾਂ ਬਚਣਾ ਵਾ ਸਿੱਧਾ ਹੀ ਨਹੀਂ ਇਹਦੇ ਵਿੱਚੋਂ ਇੱਕ ਆਪਾਂ ਦੇਤੀ ਆ ਬਾਈ ਨੂੰ ਹਾਂ ਚਲੋ ਆਪਾਂ ਉਹ ਗੁਪਤ ਚਾਓ ਹਾਂ ਉਹ ਗੁਪਤ ਚਾਓ ਬੱਚੀ ਵੀ ਦੇਤੀ ਇਹਨਾਂ ਚੋਂ ਤੇ ਆ ਆਪਣੀਆਂ ਤਿੰਨ ਬੱਚੀਆਂ ਘਰ ਦੀਆਂ ਵਾ ਯਾਨੀ ਕਿ ਇਹਨਾਂ ਦੇ ਵਿੱਚੋਂ ਵੀ ਆਪਾਂ ਘਰ ਦੀਆਂ ਚੋਂ ਵੇਚਤੀਆਂ ਸੀ ਬੱਚੀਆਂ ਜਿਹੜੀਆਂ ਵੱਡੀਆਂ ਹੋ ਗਈਆਂ ਸੀ ਗੱਬੜ ਸੀਗੀਆਂ ਕਰੋਨਾ ਕਾਲ ਚ लग जांदा ਵੀ ਬੱਚੀਆਂ ਯਾਰ ਡਾਕਟਰ ਲੋਕਾਂ ਨੂੰ ਇੰਨੀ ਨੌਲੇਜ ਦਿੰਦਾ ਐ ਕਰਦਾ ਜਿਉਂ ਕਰਦਾ ਵੀ ਬੱਚੀਆਂ ਦੀ ਆਪਦੀ ਗਰੋਥ ਨਹੀਂ ਜਾਂ ਉਹਦੇ ਕਹਿਣੋਂ ਬੀਸੀਐਸ ਮੇਨਟੇਨ ਨਹੀਂ ਜਾਂ ਹੋਰ ਨਹੀਂ ਬਹੁਤ ਗੱਲਾਂ ਹੁੰਦੀਆਂ ਨਹੀਂ ਫਾਰਮ ਜਦੋਂ ਆਪਾਂ ਚੱਲਦੇ ਆ ਇਹਦਾ
ਕੋਈ ਫਾਰਮ ਹੋਊਗਾ ਜਿਹੜਾ ਮਾਲ ਮੇਨਟੇਨ ਕਰਕੇ ਰੱਖਦਾ ਵਾ ਨਹੀਂ ਤਾਂ ਇਹ ਚੱਲਦਾ ਹੀ ਹੁੰਦਾ ਆਪਣੇ ਕੰਮ ਕਈ ਚੱਲਦੇ ਹੁੰਦੇ ਹੈ ਨਾ ਜਿਹੜੇ ਆਪਾਂ ਹੁਣ ਤੇਰਾ ਵੀ ਖੇਤੀ ਦਾ ਚੱਲਦਾ ਵਾ ਨਾਲ ਡਾਕਟਰੀ ਦਾ ਵੀ ਆ ਪਰ ਫਿਰ ਵੀ ਠੀਕ ਆ ਜਿਵੇਂ ਆਪਾਂ ਕੰਮ ਕਹੀਏ ਹੁਣ ਡਾਕਟਰ ਵਿਚਾਰੇ ਹੈਗੇ ਉਹਨਾਂ ਕੋਲ ਉਹ ਜਗ੍ਹਾ ਨੀ ਹੈਗੀ ਬਰੀਡ ਤੇ ਸਾਰੀਆਂ ਚੀਜ਼ਾਂ ਉਹ ਮੇਨਟੇਨ ਰੱਖੂਗਾ ਜਿਹੜੇ ਬੰਦੇ ਦਾ ਕੰਮ ਇਹਦੇ ਤੇ ਨਿਰਭਰ ਆਪਣਾ ਕੰਮ ਹੈਗਾ ਦੁੱਧ ਪੀਣਾ ਘਰ ਦਾ ਬਸ ਘਰ ਦਾ ਦੁੱਧ ਪੀਣਾ ਖੁੱਲ ਕੇ डॉक्टर का फार्म वधिया छोटा जिहा वा ते हवा हारे आ पूरा ते वड्डा रोड जांदा नाल दी जिहड़ा ये रोड हैगा वा ये जांदा जगराव तों भूंदड़ी नूं 18 फुटा रोड रोड के उपर ही डॉक्टर का घर वैसे ही असं आए थे डॉक्टर को पनीरी लैन फुलों की वह भी दिखाने जे बर्फ वाले कह दें आप बाकी दिखाने हरजिंदर भी खिंच लाया मैं इन्हें जाने पट्ठे चक्कर मैं जाना डॉक्टर लाया उन्हें चल के गावं बैठिया धुप्पे आनंद लै रही पूरा ਅਤੇ ਡਾਕਟਰ ਦਾ ਥਾਂ ਕੱਚਾ ਵਧੀਆ ਵਾ ਉੱਚਾ ਵਾ ਅਤੇ ਇੱਧਰ ਵੀ ਮੀਂਹ ਮੂੰਹ 'ਚ ਇਹਦਾ ਪਾਣੀ ਖੜਦਾ ਨਹੀਂ ਹੈਗਾ ਪਰ ਇਹ ਇੱਧਰ ਨਿਕਲ ਜਾਂਦਾ ਵਾ ਖੇਤ 'ਚ ਅਤੇ ਬਾਕੀ ਜਿੰਨੀ ਕੁ ਆਪਾਂ ਵੱਧ ਟੈਨਸ਼ਨ ਲੈਂਦੇ ਹਾਂ ਵੱਧ ਜਾਨਵਰ ਰੱਖਦੇ ਉੱਨੀ ਕੁ ਹੈਡਿੰਗ ਵਧੀ ਜਾਂਦੀ ਹੈ ਮਤਲਬ ਚਿੰਤਾ ਰਹਿੰਦੀ ਹੈ ਜ਼ਿਆਦਾ ਜਾਨਵਰ ਸਾਹਮਣੇ ਔਖੇ ਆ ਲੇਬਰ ਲੂਬਰ ਦਾ ਵੀ ਅਤੇ ਲੇਬਰ ਲੂਬਰ ਦੀ ਇਹਨਾਂ ਨੂੰ ਕੋਈ ਬਾਹਲਾ ਚੱਕਰ ਨਹੀਂ ਪੈਂਦਾ ਕਿਉਂਕਿ ਆਪ ਹੀ ਇਹ ਸਾਂਭ ਲੈਂਦੇ ਆ ਅਤੇ ਜਦੋਂ ਛੋਟਾ ਜਿਹਾ ਫਾਰਮ ਆ ਅਤੇ ਇਨਕਮ ਤਾਂ ਫਿਰ ਉਹਦੀ ਘੱਟ ਵੱਧ ਰਹਿਣੀ ਹੈ ਆਪਣੀ ਜਾਨਵਰਾਂ ਦੇ ਹਿਸਾਬ ਨਾਲ ਪਰ ਟੈਨਸ਼ਨ ਵੀ ਘੱਟ ਹੁੰਦੀ ਹੈ ਇੰਨੇ ਕੁ ਜਾਨਵਰਾਂ 'ਤੇ ਬੰਦਾ ਨੋਰਮਲੀ ਸਾਂਭ ਸਕਦਾ ਵਾ ਅਤੇ ਬਾਕੀ ਰੱਜ ਤਾਂ ਆਉਂਦਾ ਹੀ ਨਹੀਂ ਗਾ ਪਲਾਂ ਦੀ 10 ਲੱਖ ਆਈ ਜਾਵੇ ਆਪਾਂ ਨੂੰ ਦੱਸੀ ਅਤੇ ਬਾਕੀ ਚਲੋ ਆਪੋ ਆਪਣੀ ਸੋਚ ਆ ਜਿੱਦਾਂ ਆਪਾਂ ਕੰਮ ਵਧਾਉਣਾ ਘਟਾਉਣਾ ਪਰ ਮੇਰਾ ਮਕਸਦ ਇਹ ਹੁੰਦਾ ਵੀ ਜਿਹੜਾ ਘਰ ਦਾ ਦੁੱਧ ਆ ਆਪਣਾ ਜੇ ਆਪਾਂ ਨੂੰ ਇਹੀ ਮਿਲੀ ਜਾਵੇ ਨਾ ਤਾਂ ਇਹ ਕੋਈ ਮਹਿੰਗਾ ਸੌਦਾ ਨਹੀਂ ਹੈਗਾ ਅਤੇ ਬਾਕੀ ਚਲੋ ਇੱਛਾ ਆਪਣੀ ਕੰਮ ਵਧਾਉਣਾ ਘਟਾਉਣਾ ਕਿੰਨਾ ਵਾ ਆਪਾਂ ਕਰ ਸਕਦੇ ਹਾਂ ਆਹ ਵੱਛੀ ਦਾ ਡਾਕਟਰ ਦੀ ਐਂ ਲੱਗਦੀ ਜਿਵੇਂ ਇਹ ਕੱਟੀ ਹੁੰਦੀ ਹੈ ਦੇਖਣ ਨੂੰ ਲੱਗਦੀ ਨਹੀਂ ਇਹ ਜਿਵੇਂ ਭੂਰੀ ਕੱਟੀ ਹੁੰਦੀ ਹੈ ਜਰਸੀ ਦੱਸੂਗਾ ਉਹ ਜਰਸੀ ਹੈ ਕਿ ਕਿਹੜੀ ਆ ਮੈਨੂੰ ਤਾਂ ਕੱਟੀ ਲੱਗਦੀ ਹੈ ਇਹ ਤੈਨੂੰ ਕਿਵੇਂ ਲੱਗਦੀ ਹੈ ਨਹੀਂ ਤੂੰ ਦੱਸ ਉਹ ਆਹ ਕੱਟੀ ਆ ਕਿ ਬੱਛੀ ਆ ਆਹ ਬੱਛੀ ਆ ਕਿ ਕੱਟੀ ਆ ਮੇਰੇ ਨਾਲ ਲੜੇ ਭੂਰੀ ਹੁੰਦੀ ਆ ਨਹੀਂ ਪਤਾ ਕੀ ਚੱਕਰ ਆ ਹਾਂਜੀ ਇਹ ਚਫਦੇ ਢਡੋਾਈ ਕਰਕੇ ਤਾਂ ਇਹਦਾ ਰੰਗ ਸ਼ਾਈਨਿੰਗ ਗੋਆ ਕਾਲੀ ਚਾਹੀਦੀ ਮਾਂਗ ਸਾਰੀ ਕਾਲੀ ਆ ਕਿਹੜਾ ਟੀਕਾ ਦੱਸਿਆ ਜੀ ਇਹ ਹੈ ਤਾਂ ਜਾਣੀ ਕਿ ਆਪਣਾ ਗੁਪਤ ਵਾਲਾ ਟੀਕਾ ਜੀ ਹੈ ਸੈਕਸੀ ਮੰਨਦੀ ਹੈ ਅੱਛਾ ਹਾਂ ਚਲੋ ਠੀਕ ਆ ਕੋਈ ਪਰ ਉਹ ਠੀਕ ਆ ਜਾਨੀ ਸਾਰਾ ਝੜ ਚੱਲੀ ਆ ਸਾਰੀ ਬਲੈਕ ਸੀਗੀ ਇਹ ਜਾਨੀ ਕੱਟੀ ਗਾ ਕਿ ਬੇਚ ਸਕਦਾ ਜੇ ਸਾਡੇ ਵਰਗਾ ਜੇ ਲੈਣਾ ਕਾਲੀ ਕੱਟੀ ਗਾ ਬਾਅਦ ਚ ਪਤਾ ਲੱਗੂ ਵੱਡੇ ਹੋਏ ਦੋਵੇਂ ਡਾਕਟਰ ਲੈ ਆ ਰੋਟੀ ਆ ਤਾਂ ਹੋਟਲ ਵਾਲੀ ਫੀਲਿੰਗ ਜੀ ਲੈ ਆ ਪੂਰੀ ਢੱਕ ਢੋਕ ਕੇ ਯਾਰ ਤੇ ਡਾਕਟਰ ਕਹਿੰਦਾ ਜੀ ਅੰਦਰ ਖਾਣੀ ਬਹਿ ਕੇ ਮੈਂ ਕਿਹਾ ਵੀ ਨਹੀਂ ਅਸੀਂ ਓਪਨ ਚ ਖਾਣੀ ਬਹਿ ਕੇ ਇੱਧਰ ਤੇ ਬੈਠੇ ਆ ਫਾਰਮ ਚ ਤੇ ਬਾਕੀ ਸਾਡਾ ਡਾਕਟਰ ਨਾਲ ਚੱਲਦਾ ਹੀ ਰਹਿੰਦਾ ਹਾਸਾ ਮਜ਼ਾਕ ਉਹ ਮੈਂ ਕਿਹਾ ਉਹੀ ਕਹਿੰਦਾ ਮੈਂ ਕਿਹਾ ਮੂਲੀ ਵਾਲੇ ਮੇਥੇ ਨੇ ਦੇ ਕੇ ਵੈਸੀ ਨੀਤ ਆ ਜਾਂਦੀ ਹੈ ਬੰਦੇ ਦੀ ਪਰ ਅਸੀਂ ਖਾਧੀ ਹੋਵੇ ਤੇ ਪਤਾ ਨੀ ਕੀ ਚੱਕਰ ਕੀ ਹੈ ਚੱਲ ਬੈਠ ਇੱਧਰ ਦੀ ਉੱਤੇ ਕਰਦੇ ਕੰਮ ਸਟਾਰਟ ਫਿਰ ਦਿੰਦੇ ਆ ਤੈਨੂੰ ਸੇਵਾ ਦਾ ਮੌਕਾ ਅੱਜ ਅੱਛਾ ਪੱਕੀ ਗੱਲ ਜੇ ਤਿੰਨ ਕਹਿੰਦਾ ਤੂੰ ਖਾ ਵੀ ਗਿਆ ਸ਼ੁਰੂ ਹੋਇਆ
तेरी फोटो बनाइए कड़कनाथ खान गे फिर ਸਵੇਰ ਦੇ ਖਾਦੇ ਹੋਇਆ ਇਹਨਾਂ ਨੇ ਅੱਛਾ ਬ੍ਰੇਕਫਾਸਟ ਕੀਤਾ ਹੋਇਆ ਇਹ ਉੜਦੇ ਉੜਦੇ ਨਹੀਂ ਹੈ ਨਾ ਬਸ ਇੱਥੇ ਇਹਨਾਂ ਨੇ ਗੜੇ ਕੱਢੀ ਹੈ ਨਹੀਂ ਸਹੀ ਹੈ ਪਿੱਛੇ ਜੇ ਤਾਂ ਆਇਆ ਲੱਗਦਾ ਜਿਵੇਂ ਪੁੱਠੇ ਜੇ ਹੋਏ ਹੁੰਦੇ ਆ ਉੱਤਰ ਫੜ ਕੇ ਦਿਖਾ ਬਸਾਤੂ फार्म चल दे ब्रीड नी बनाई जी आई नी कीता पर चलो वधिया गल आ हुण भी मैं दे दिंना इदा नहीं हुण अपने कोले इह जिहड़ियां बच्चियां मैं कल्लियां इह तां नॉर्मल ही नॉर्मल आ अब पिछे जे हजे बेच के हटिया मैं 8 बच्चियां चलो देखला सैखला ने केड़ी पनीरी कहना ओए आ लाई इथे अद्धा घा आ इहदे विच इह हुण सारी पट दे इह ओ आ गई गठ गोभी आ खादी तू कदे गोभी आ ਬਾਟਕ ਖਾ ਕੇ ਤੈਨੂੰ ਦਿਖਾਉਣਾ ਮੈਂ ਤੈਨੂੰ ਦੇਖੀ ਇਹਨੂੰ ਮਜ਼ਾਕ ਨਹੀਂ ਕਰਦਾ ਤੂੰ ਖਾਧੀ ਨਹੀਂ ਇਹ ਚੱਕ ਚੱਕ ਇਹਨੂੰ ਹਾਂ ਪੱਟ ਲਾ ਲਾ ਇਹਨੂੰ ਪੱਟ ਇਹਨੂੰ ਲਾਹ ਦੇ ਥੱਲੇ ਜੜ ਜੀ ਆਹ ਲਾਹ ਦੇ ਆ ਪੱਤੇ ਜੇ ਬਸ ਬਸ ਆਈ ਖਾ ਹੋਣੀ ਹੈ ਛਿੱਲ ਇਹਨੂੰ ਮੜੀ ਜੀ ਉੱਤੋਂ ਲਾਹ ਦੇ ਆਹ ਇਹ ਲਾਉਂਦਾ ਹੀ ਨਹੀਂ ਆਪਣੇ ਬਾਲੇ ਇਹਨੂੰ ਗੱਟ ਕੋ ਆਹ ਵੱਢ ਦੇ ਇਹਨੂੰ ਪੂਜੀ ਆ ਵੱਢ ਇਹ ਜਾਗੀ ਜੇ ਜਾਣਾ ਨਹੀਂ ਤਾਂ ਬਹੁਤ ਵਧੀਆ ਚੀਜ਼ ਆ ਤੂੰ ਖਾਏਗਾ ਨਾ ਲਾ ਦੇ ਮੂੰਹ ਨਾਲ ਹੀ ਲੈ ਜਾਣਾ ਛਲਕਾ ਜਾ ਤਾਂ ਬਹੁਤ ਮਿੱਠੀ ਹੁੰਦੀ ਆ ਤੂੰ ਵੀ ਛਲਕਾ ਮਰ ਗਈ ਆ ਖਾ ਕੇ ਦੇਖੀ ਤੂੰ ਕਹੇਗਾ ਛਲਕਾ ਪਤਾ ਨਹੀਂ ਉੱਥੇ ਦਾ ਬਿੱਠਾ ਚੱਕੀ ਜਾਂਦਾ ਸੀ ਯਾਰ ਰੰਬੇ ਨਾਲ ਉਹਨੇ ਤਾਂ ਵੱਢ ਕੇ ਉਹ ਨਹੀਂ ਬਿੱਠਾ ਚੱਕਿਆ ਵੀ ਰਾ ਛਲਕਾ ਜਾ ਲਾ ਦੇ ਇਹਦਾ ਪੂਰੀ ਸਿਰੇ ਚੀਜ਼ ਆ ਬਹੁਤ ਵਧੀਆ ਚੀਜ਼ ਆ ਸਾਰੀ ਪੜਦਾ ਇੰਨੀ ਕਿ ਪੱਟੇਗਾ ਬੰਬਾਲੀ ਨਾ ਮਿੱਟੀ ਜੀ ਲਾਈ ਲਾਉਣੀ ਪੈਣੀ ਆ ਮਾੜੀ ਮਾੜੀ ਤਾਂ ਲਾਉਣੀ ਪਊ ਕਿਹੜੇ ਆਏ ਹੁਣ ਬਰਫ ਵਾਲੇ ਬੂਟੇ ਕਹਿੰਦੇ ਇਹਨਾਂ ਨੂੰ ਆਈਸ ਪਲਾਂਟ ਹਾਂ ਆਈਸ ਪਲਾਂਟ ਬਰਫ ਠੰਡ ਤਾਂ ਪਹਿਲਾਂ ਹੀ ਆ
ਪੰਜਾਬੀ ਚ ਬਰਫ਼ ਕਹਿੰਦੇ ਆ, ਦੇਖ ਲਾ ਕਿੰਨੀ ਚੜ ਗਈ ਲੈ ਮੈਂ ਲੈ ਕੇ ਆਉਣੇ ਆ ਤੇ ਕੋਲੋਂ ਲਿਆਉਣੇ ਤੇਰੇ ਬੂਟੇ ਚੱਲਾਂ ਮੈਂ ਅੱਜ ਨਾਲ ਤੇਰੇ ਉਧਰ ਨਰਸਰੀ ਚ ਮੈਂ ਦੇਖ ਕੇ ਸਿਲੈਕਟ ਤਾਂ ਕਰਾਇਆ ਸੀ ਉਧਰ ਪਨੀਰੀ ਆਈ ਹੋਈ ਆ ਮੈਂ ਕਿਹਾ ਫੇਰ ਲੇਟ ਹੋ ਜਾਣਾ ਹੁਣ ਇੱਥੇ ਜਗਰਾਓ ਜੀ ਰੇੜਾ ਲੈ ਜਾਂਦੇ ਆ ਬਸ ਲਿਆਉਣੇ ਆ ਮੈਂ ਤਾਂ ਚੱਕ ਕੇ ਚੱਲਿਆ ਅੱਜ ਕਈ ਦਿਨ ਹੋ ਗਏ ਲਿਆਉਂਦਿਆਂ ਨੂੰ ਮੈਂ ਤਾਂ ਹਰਮਨ ਗਏ ਸੀਗੇ ਉਹ ਤਾਂ ਗੁਲਾਬ ਤਾਂ ਲੈ ਆਉਂਦੇ ਲਾ ਤੇ ਉਹ ਤਾਂ ਬਾਹਰ ਵਾਲੀ ਲੈਣ ਚ ਇਹ ਵੀ ਉੱਥੇ ਲਾਉਣੇ ਆ ਗੁਲਾਬ ਦੇ ਨਾਲ ਜਿਹੜੇ ਬਾਹਰ ਨੀ ਸਾਰੇ ਲਾ ਇਹ ਵੀਰੇ ਘਰ ਦੀ ਰਾਹ ਦਾ ਡਰਮ ਚ ਰੱਖਿਆ ਸੀ ਇਹਦਾ ਬੀਜ ਸਾਰਾ ਸੁਕਾ ਕੇ ਡਰਮ ਜੇ ਵੀਰੇ ਮਹਿੰਗਾ ਵਿਕਦਾ ਵੀ ਹਾਂ ਇੰਨੇ ਹੈਲਥੀ ਆ ਬੂਟਾ ਚੱਲ ਵੀ ਪੈਣੇ ਇਹ ਛੇਤੀ ਲਾ ਲਾ ਮਿੱਟੀ ਫਿਰ ਕਹੂੰਗਾ ਮਿੱਟੀ ਮੇਰੀ ਲੈ ਗਿਆ ਮਿਲਣੀ ਨੀ ਗੀ ਕਿਤੋਂ ਪਨੀਰੀ ਇੰਨੀ ਹੈਵੀ ਪਨੀਰੀ ਉਹਨਾਂ ਨੇ ਸੰਘਣੀ ਬੀਜੀ ਨੇ ਆਪਣੇ ਵੀਰੇ ਮੇਰੇ ਵਿੱਚ ਇਹਦੇ ਘਾਹ ਵੀ ਹੈ ਤੇਰਾ ਸਾਫ਼ ਹੋ ਜਾਣਾ ਆ ਘਾਹ ਕਿੱਥੇ ਹੈ ਇਹਦੇ ਚ ਓ ਯਾਰ ਇਹ ਤੇਰਾ ਉਹ ਤਾਂ ਬਹੁਤ ਰਗੜ ਪੰਚੋ ਉਹ ਖਾ ਕੇ ਹਾਂ ਡਰਦਾ ਕਾ ਤੂੰ ਉਹ ਖਾਦਾ ਇਹਨੂੰ ਆਇਆ ਰੋਕ ਨਹੀਂ ਖਾ ਲੈਂਦਾ ਉਹ ਖਾਦਾ ਸਹੀ ਡਰ ਆ ਇਹਨੂੰ ਆਇਆ ਨਾ ਫਿਰ ਪਟਣੀ ਕਾ ਦੋ ਸੀ ਨਾ ਇਹ ਤਾਂ ਕਹੂਗਾ ਖੂਹ ਛਾਲ ਮਾਰ ਤੂੰ ਮਾਰਨੀ ਉਹ ਦੇਖ ਕੇ ਨਹੀਂ ਪੂਰੀ ਸਰੇ ਚੀਜ਼ ਇਹ ਵੀਰੇ ਬਹੁਤ ਮਿੱਠੀ ਆ ਇਹ ਜਗਦਾ ਖਰੀ ਇਹਨੂੰ ਆਇਆ ਵੀ ਪਤਾ ਮੈਨੂੰ ਕੀ ਹੋਣ ਲੱਗਿਆ ਰੋਕ ਨਹੀਂ ਫਿਲਮ ਚ ਖਾ ਲੈਂਦਾ ਹੁੰਦਾ ਦੇਖੀ ਤੂੰ ਪਹਿਲਾਂ ਇਹ ਬਸ ਫਿਰ ਖਾਣੀ ਕੀ ਇਹ ਦੇਖੀ ਨਹੀਂ ਤੂੰ ਭਰਪੂਰ ਮਾਤਰਾ ਚ ਹੈ ਚਤੱਤ ਅੱਜ ਤਾਂ ਪਾਰਟੀ ਤੇਰੇ ਜਮੇ ਹੋ ਜਾਣੀ ਚਾਹੀਦੀ ਹੈ ਸਰਪੰਚ ਕਾਈ ਨਾ ਕਾਦੀ 15 ਤੇਰੇ ਇੰਨੀ ਓਏ ਮਿੱਟੀ ਲਾ ਦੇ ਇੰਨਾ ਭਾਰ ਕਿਤੇ ਲੈ ਕੇ ਜਾਵਾਂਗੇ ਉਹ ਲੈ ਰਹਿਣ ਦੇ ਲਾਉਣ ਨੂੰ ਮੈਂ ਤਾਂ ਕਹਿੰਦਾ ਮਾੜੀ ਮਾੜੀ ਰਹਿਣ ਚੱਲ ਠੀਕ ਆ ਮਗਰ ਡਿੱਗੀ ਜੀ ਰੱਖ ਦਿੰਦੇ ਆ ਡਿੱਗੀ ਜੀ ਰੱਖ ਦਿੰਦੇ ਆ ਫਿਰ ਇਹਨੂੰ ਗੱਟੂ ਨੂੰ ਮਿੱਟੀ ਜੀ ਲੱਗੀ ਹੋਊ ਕੀ ਮਾਰਸ਼ਲੀ ਹੈ ਵੀਰੇ ਤੇਰੇ ਵਾਲੀ ਆ ਉਹ ਸੈਂਟਰ ਲੱਗ ਗਿਆ ਸਾਡੇ ਵਾਲੀ ਖੁੱਲ ਜਾਂਦੀ ਆ ਅਸੀਂ ਸੂਈ ਤੋਂ ਉਹਦੇ ਤੋਂ ਨੁੱਪੇ ਸੂਈ ਤੋਂ ਉਹ ਤਾਂ ਤੂੰ ਦਿਮਾਗ 'ਚ ਹੀ ਸੋਚ ਲਾ ਉਹਦੇ ਤਾਂ ਇਹ ਕਿਹਨੇ ਰੱਖਿਆ ਹੋਇਆ ਵਿੱਚ ਇਹਦਾ ਤਾਂ ਹੈ ਨਹੀਂ ਕਿਹ ਇਹ ਕਿਹਨੇ ਹੱਥ ਵਿੱਚ ਚੱਕ ਕੇ ਉਹ ਕਿਹਨੇ ਧਰਤਾ ਵਿੱਚ ਇਹ ਚੱਲ ਠੀਕ ਹੈ ਡਾਕਟਰ ਫਿਰ ਬਹੁਤ ਧੰਨਵਾਦ ਤੇਰਾ ਅੱਜ ਸੇਵਾ ਕਰਨ ਲਈ ਤੂੰ ਮੌਕਾ ਦਿੱਤਾ ਸਾਨੂੰ ਸੇਵਾ ਦਾ ਹੈ ਤੇ ਕਰਦੇ ਵੀਡੀਓ ਬੰਦ ਫਿਰ ਤੇ ਵੀਡੀਓ ਦੇਖ ਲਈ ਹੁਣ ਆਪਦੀ ਜਿੱਥੋਂ ਹੋਈ ਮਾੜੀ ਮੋਟੀ ਮੈਨੂੰ ਦੱਸ ਦੀ ਹਾਂ ਤੇ ਕਰਦੇ ਵੀਡੀਓ ਬੰਦ ਫਿਰ ਅੱਜ ਦੀ ਕਿਵੇਂ ਲੱਗੀ ਕਮੈਂਟ 'ਚ ਦੱਸ ਦੇਣਗੇ ਸਾਰੇ ਹੁਣ ਕਿਵੇਂ ਡਾਕਟਰ ਦਾ ਫਾਰਮ ਹੈ ਠੀਕ ਆ ਚੱਲ ਠੀਕ ਹੈ ਫਿਰ